ਕਿ ਇੱਕ ਜਗ੍ਹਾ ਇੱਕ ਨਵਾਬ ਇੱਕ ਮਸਜਿਦ ਬਣਾ ਰਿਹਾ ਸੀ ਇੱਕ ਨਵਾਬ ਇੱਕ ਜਗ੍ਹਾ ਮਸਜਿਦ ਬਣਾ ਰਿਹਾ ਸੀ ਜਦੋਂ ਮਸਜਿਦ ਬਣ ਕੇ ਤਿਆਰ ਹੋ ਗਈ ਤਾਂ ਉਸਲੇ ਕਾਰੀਗਰ ਨਾ ਪੁੱਛਿਆ ਕਿ ਇਹ ਨਵਾਬ ਜੀ ਮਸਜਿਦ ਤਿਆਰ ਹੋ ਗਈ ਹੁਣ ਦੱਸੋ ਦਰਵਾਜੇ ਤੇ ਨਾਮ ਕਿਹਦਾ ਲਿਖਾਣਾ ਹੈ ਤਾਂ ਉਸ ਵੇਲੇ ਨਵਾਬ ਕਹਿੰਦਾ ਕਿਹਦਾ ਕੀ ਲਿਖਾਣਾ ਹੈ ਮਸਜਿਦ ਮੈਂ ਬਣਾਈ ਹੈ ਨਾਮ ਵੀ ਮੇਰਾ ਹੋਣਾ ਚਾਹੀਦਾ ਹੁੰਦਾ ਹੈ ਕਿ ਨਹੀਂ ਅਸੀਂ ਘਰ ਬਣਾਉਂਦੇ ਆ ਤਾਂ ਘਰ ਦੇ ਬਾਦ ਨਾਮ ਪਲੇਟ ਨੇਮ ਪਲੇਟ ਆਪਣੀ ਲਵਾ ਦਿੰਦੇ ਆ ਇਹ ਫਲਾਨੇ ਦਾ ਘਰ ਕਿਉਂਕਿ ਮੈਂ ਬਣਾਇਆ ਹੈ ਤਾਂ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਹੁਣ ਜਰਾ ਗੌਰ ਕਰਨਾ ਇਸ ਲਈ ਤੁਸੀਂ ਜੇ ਦੇਖੋਗੇ ਅੱਜ ਕੱਲ ਜਿੱਥੇ ਜਿੱਥੇ ਚਾਹੇ ਕੋਈ ਸ਼ਹਿਰ ਹੋਵੇ ਪਿੰਡ ਹੋਵੇ ਕੋਠੀਆਂ ਬਣਾਈਆਂ ਬੰਦੇ ਨੇ ਚਾਹੇ ਘਰ ਬਣਾਇਆ ਤਾਂ ਅੱਗੇ ਨਾਮ ਪਲੇਟ ਨੇਮ ਪਲੇਟ ਬੰਦਾ ਆਪਣੀ ਲਾ ਦਿੰਦਾ ਹੈ ਲਾ ਦਿੰਦਾ ਹੈ ਕਿ ਨਹੀਂ ਹੁਣ ਬੜੀ ਸਮਝਣ ਵਾਲੀ ਗੱਲ ਹੈ ਇਹ ਪੁਆਇੰਟ ਫੜਨਾ ਹੈ ਅਸੀਂ ਇੱਥੇ ਸਮਝਣਾ ਹੈ ਇਸ ਨੂੰ ਕਿ ਨਵਾਬ ਕਹਿੰਦਾ ਮਸਜਿਦ ਮੈਂ ਬਣਾਈ ਹੈ ਤਾਂ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਮਸਜਿਦ ਮੈਂ ਬਣਾਈ ਹੈ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਕੋਲੀ ਇੱਕ ਫਕੀਰ ਬੈਠੇ ਹੱਸ ਪਏ ਕੋਲੀ ਫਕੀਰ ਬੈਠੇ ਕੁਦਰਤੀ ਉੱਥੇ ਬੈਠੇ ਸੀ ਫਕੀਰ ਜਦੋਂ ਗੱਲ ਚੱਲ ਰਹੀ ਸੀ ਨਵਾਬ ਦੀ ਤਾਂ ਉਹ ਕਾਰੀਗਰ ਦੀ ਤਾਂ ਫਕੀਰ ਸੁਣ ਕੇ ਉੱਚੀ ਉੱਚੀ ਹੱਸੇ ਜਦੋਂ ਹੱਸੇ ਨਵਾਬ ਦਾ ਧਿਆਨ ਉੱਧਰ ਗਿਆ ਨਵਾਬ ਨੇ ਫਕੀਰ ਨੂੰ ਕਿਹਾ ਫਕੀਰ ਤੂੰ ਕਿਉਂ ਹੱਸ ਰਿਹਾ ਹੈ ਫਕੀਰ ਨੇ ਕਿਹਾ ਨਵਾਬ ਤੇਰੀ ਗੱਲ ਬੜੀ ਪਿਆਰੀ ਲੱਗੀ ਕਿ ਜੇ ਮਸਜਿਦ ਮੈਂ ਬਣਾਈ ਹੈ ਤੇ ਤੇ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਠੀਕ ਹੈ ਤੇਰਾ ਨਾਮ ਹੋਣਾ ਚਾਹੀਦਾ ਪਰ ਪਹਿਲਾਂ ਤਰਾ ਇੱਧਰ ਆ ਆ ਗਿਆ ਨਵਾਬ ਕੋਲ ਕਹਿੰਦੇ ਬਹਿ ਜਾ ਬਿਠਾ ਲਿਆ ਫਕੀਰ ਨੇ ਆਪਣੀ ਜੇਬ ਚੋਂ ਕੱਢੀ ਸੂਈ ਸੂਈ ਲੈ ਕੇ ਹੋਇਆ ਨਵਾਬ ਦੀ ਤਰਫ ਨਵਾਬ ਕਹਿੰਦਾ ਇਹ ਕੀ ਕਰਨ ਲੱਗਾ ਆ ਕੀ ਕਰਨ ਲੱਗਾ ਆ ਕਹਿੰਦਾ ਨਵਾਬ ਸਾਹਿਬ ਤੁਸੀਂ ਕਹਿੰਦੇ ਹੋ ਮਸਜਿਦ ਮੈਂ ਬਣਾਈ ਐ ਇਹ ਤੇ ਨਾਮ ਵੀ ਮੇਰਾ ਹੋਣਾ ਚਾਹੀਦਾ ਹੈ ਤਾਂ ਮੈਂ ਇਸ ਲਈ ਇਹ ਸੂਈ ਲੈ ਕੇ ਤੁਹਾਡੀ ਤਰਫ ਆ ਰਿਹਾ ਹਾਂ ਕਿ ਇਹ ਸਰੀਰ ਖੁਦਾ ਨੇ ਬਣਾਇਆ ਤੇ ਤੇ ਨਾਮ ਵੀ ਮੱਥੇ ਤੇ ਖੁਦਾ ਦਾ ਲਿਖ ਦੇਵਾਂ ਕਮਾਲ ਦੀ ਗੱਲ ਹੈ ਫਕੀਰ ਕਹਿੰਦੇ ਘਰ ਆਪ ਬਣਾਉਂਦੇ ਆ ਨਾਮ ਪਲੇਟ ਆਪਣੀ ਲਾ ਲੈਂਦੇ ਮੈਂ ਬਣਾਇਆ ਨਾਮ ਵੀ ਮੇਰਾ ਚਾਹੀਦਾ ਹੈ ਤਾਂ ਨਵਾਬ ਸਾਹਿਬ ਜੈਸੀ ਤੁਹਾਨੂੰ ਕਹਾਂਗੇ ਉਹ ਪਿਆਰੇ ਉਹ ਦੱਸੋ ਤੁਹਾਡਾ ਸ਼ਰੀਰ ਕਿਹਨੇ ਬਣਾਇਆ ਤੁਹਾਨੂੰ ਕਿਹਨੇ ਬਣਾਇਆ ਤੁਸੀਂ ਆਪ ਬਣਾਇਆ ਆਪਣੇ ਆਪ ਨੂੰ ਘਰ ਦੇ ਬਾਹਰ ਤੇ ਅਸੀਂ ਨਾਮ ਪਲੇਟ ਲਾ ਲੈਂਦੇ ਆ ਨੇਮ ਪਲੇਟ ਲਿਖ ਦਿਓ ਮੇਰਾ ਨਿਵਾਸ ਯਾਨੀ ਮੇਰਾ ਘਰ ਬੋਲੋ ਸਮਝ ਦਿਓ ਕਿ ਨਹੀਂ ਪੂਰਾ ਨਾਮ ਲਿਖਦੇ ਆ ਇਹਨ ਸਭ ਕੋਈ ਸਰਨੇਮ ਲਿਖਦੇ ਆ ਸਭ ਕੁਝ ਲਿਖਦੇ ਆ ਮੇਰਾ ਘਰ ਮੈਂ ਬਣਾਇਆ ਤਾਂ ਜੇ ਕੋਈ ਹੋਰ ਆਵੇ ਕਿ ਲੈ ਵੀ ਇੱਥੇ ਮੇਰਾ ਨਾਮ ਤੇਰਾ ਨਾਮ ਕਿਉਂ ਲਿਖਾਂ ਘਰ ਮੈਂ ਬਣਾਇਆ ਨਾਮ ਵੀ ਮੇਰਾ ਚਾਹੀਦਾ ਹੈ ਤਾਂ ਐਸੀ ਤੁਹਾਨੂੰ ਪੁੱਛਣਾ ਚਾਹਾਂਗੇ ਤੁਹਾਨੂੰ ਇਹ ਸ਼ਰੀਰ ਕਿਹਨੇ ਦਿੱਤਾ ਇਹ ਦਿਨ ਕਿਹਨੇ ਬਣਾਇਆ ਇਹ ਸ਼ਰੀਰ ਕਿਹਨੇ ਬਣਾਇਆ ਔਰ ਅੱਜ ਜਿਸ ਮਾਲਿਕ ਨੇ ਤੁਹਾਨੂੰ ਇਹ ਸ਼ਰੀਰ ਦਿੱਤਾ ਯਾਨੀ ਜਿਸ ਨੇ ਤੁਹਾਡਾ ਸ਼ਰੀਰ ਬਣਾਇਆ ਜਿਸ ਨੇ ਤੁਹਾਡਾ ਦਿਲ ਬਣਾਇਆ ਉਹਦਾ ਨਾਮ ਲਿਖਣ ਦੀ ਬਜਾਏ ਅੱਜ ਇੱਥੇ ਨਾਮ ਕਿਸੇ ਹੋਰ ਦਾ ਲਿਖ ਕੇ ਬੈਠੇ ਹੋ ਜਿੰਦਗੀ ਦੇ ਨਾਮ ਕਿਸੇ ਹੋਰ ਦਾ ਬੰਦਾ ਨਾ ਮੇਰੀ ਜ਼ਿੰਦਗੀ ਤਾਂ ਉਹਦੇ ਨਾਮ ਆ ਤੇਰੇ ਨਾਮ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਉਸ ਨੰਮ ਦੇ ਨਾਮ ਜੀਵਨ ਕਰ ਦਿੰਦੇ ਜਿਹੜਾ ਇੱਥੇ ਧੋਖਾ ਦੇ ਦੇਵੇ ਉੱਥੇ ਧੋਖਾ ਦੇ ਦੇਵੇ ਰਗੋਰ ਕਰਨਾ ਬੰਦਾ ਕਹਿੰਦਾ ਮੈਂ ਤਾਂ ਜ਼ਿੰਦਗੀ ਤੇਰੇ ਨਾਲ ਇਤੋਂ ਵੀ ਨਾ ਮਰ ਜਾਣਾ ਕਮਾਲ ਦੀ ਗੱਲ ਐ ਦਿੱਤੀ ਕਿਸੇ ਨਾ ਲੁਟਾਈ ਕਿਸੇ ਤੇ ਜਾਵੇ ਬਣਾਇਆ ਕਿਸੇ ਨਾ ਤੱਕਰੀ ਕਿਸੇ ਦੇ ਨਾਮ ਤੇ ਜਾਂਦਾ ਇਹ ਤਾਂ ਉਹੀ ਗੱਲ ਕੋਠੀ ਤੂੰ ਬਣਾਵੇਂ ਤਾਂ ਉਹਦੇ ਚ ਰਹੀ ਕੋਈ ਹੋਰ ਜਾਵੇ ਬੋਲੋ ਸਮਝਦੇ ਹੋ ਕਿ ਨਹੀਂ ਜਾਂ ਕਰਕੇ ਦੇਖੋ ਕਦੀ ਇਦਾਂ ਕਿ ਆਪਣਾ ਘਰ ਬਣਾਓ ਤੁਸੀਂ ਤਾਂ ਨਾਮ ਪਲੇਟ ਕਿਸੇ ਹੋਰ ਦੀ ਲਵਾ ਦਿਓ ਰਹਿਣਾ ਕੋਈ ਹੋਰ ਸ਼ੁਰੂ ਕਰ ਦੇਵੇ ਤਾਂ ਫਿਰ ਤੁਹਾਡੇ ਦੇਖੋ ਦਿਲ ਤੇ ਕਿੰਨਾ ਕੋਟਗਜ਼ਾਰੀਆਂ ਛੁਰੀਆਂ ਚੱਲਦੀਆਂ ਮੈਂ ਰਹਿਣ ਨਹੀਂ ਦੇਣਾ ਇਹਨੂੰ ਇੱਥੇ ਕੋਰਟਾਂ 'ਚ ਕੇਸ ਕਰੂੰ ਹਾਈ ਕੋਰਟ ਜਾਵਾਂਗੇ ਸੁਪਰੀਮ ਕੋਰਟ ਜਾਵਾਂਗੇ ਮੇਰੇ ਘਰ 'ਚ ਕੋਈ ਰਹਿ ਕਿੱਦਾ ਜਾਵੇ ਤੇ ਅਸੀਂ ਕਹਿੰਦੇ ਧੰਨਾ ਹੈ ਉਹ ਸਾਡਾ ਮਾਲਕ ਬਣਾਇਆ ਉਹਨਾਂ ਨਾਮ ਉਹਦਾ ਹੋਣਾ ਚਾਹੀਦਾ ਹੈ ਦਿਲ ਉਹਨਾਂ ਦਿੱਤਾ ਦਿਲ 'ਚ ਪ੍ਰੇਮ ਉਹਦਾ ਹੋਣਾ ਚਾਹੀਦਾ ਹੈ ਤੇ ਅਸੀਂ ਪਤਾ ਨਹੀਂ ਕਿੰਨੇ ਆਗਦਾ ਪ੍ਰੇਮ ਦਿਲ 'ਚ ਬਿਠਾ ਕੇ ਬੈਠੇ ਹੈ ਜਿਹੜੀ ਪਤਾ ਨਹੀਂ ਕਿੰਨੇ ਆਗ ਨੂੰ ਆਪਣੇ ਜੀਵਨ 'ਚ ਜੋੜ ਕੇ ਬੈਠੇ ਹੈ ਉਹ ਮੇਰੀ ਜ਼ਿੰਦਗੀ ਉਸ ਤੋਂ ਬਿਨਾ ਹੈ ਨਹੀਂ ਆ ਮੇਰੀ ਜ਼ਿੰਦਗੀ ਉਹ ਹੋਣਾ ਚਾਹੀਦਾ ਸੀ ਜਿਸ ਨੇ ਬਣਾਇਆ ਮੇਰੀ ਜ਼ਿੰਦਗੀ ਉਹਦੀ ਹੈ ਉਹ ਤੋਂ ਸਿਵਾ ਹੋਰ ਕੋਈ ਮੇਰਾ ਹੈ ਹੀ ਨਹੀਂ ਹਾਂ ਉਹਦੇ ਬਣਾਏ ਹੋਏ ਸਾਰਿਆਂ ਨਾਲ ਮੈਂ ਪ੍ਰੇਮ ਕਰਨਾ ਹੈ ਉਹਦੇ ਬਣਾਈ ਹੋਈ ਖਲਕਤ ਨਾਲ ਮੈਂ ਪਿਆਰ ਕਰਨਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਪਰ ਦਿਲ 'ਚ ਮੈਂ ਉਹਨੂੰ ਰੱਖਣਾ ਕਿਉਂਕਿ ਦਿਲ ਉਹਨਾਂ ਬਣਾਇਆ ਤਾਂ ਜਿਹਨਾਂ ਬਣਾਇਆ ਹੈ ਉਹ ਦਿਲ 'ਚ ਰਹਿਣਾ ਵੀ ਉਹੀ ਚਾਹੀਦਾ ਹੈ ਜੇ ਘਰ ਤੁਸੀਂ ਬਣਾਇਆ ਤਾਂ ਰਹਿਣਾ ਵੀ ਤੁਸੀਂ ਹੀ ਹੈ ਤਾਂ ਜੇ ਬਣਾਵੇ ਕੋਈ ਹੋਰ ਰਵੇ ਕੋਈ ਹੋਰ ਉਹ ਗੱਲ ਨਹੀਂ ਬਣਦੀ ਮੰਦਾ ਕਹਿੰਦਾ ਮੈਂ ਬਣਾਇਆ ਮਿਹਨਤ ਮੈਂ ਕੀਤੀ ਪੈਸਾ ਮੈਂ ਲਾਇਆ ਜ਼ਰਾ ਹੁਣ ਗੌਰ ਕਰੋ ਇੱਥੇ ਵੀ ਹੋ ਜਾਂਦਾ ਹੈ ਕਿ ਪੈਸਾ ਮੇਰਾ ਲੱਗਾ ਤਾਂ ਇੱਥੇ ਵੀ ਇਹ ਪੰਜ ਤੱਤ ਦਾ ਬਣਿਆ ਸ਼ਰੀਰ ਯਾਨੀ ਜਲ ਵాయు ਪ੍ਰithvi ਅਗਨੀ ਆਕਾਸ਼ ਅਗਰ ਕਈਏ ਪਦਾਰਥ ਪੰਜ ਪਦਾਰਥਾਂ ਦਾ ਬਣਿਆ ਪੰਜ ਪਦਾਰਥ ਪ੍ਰਮਾਤਮਾ ਦੇ ਹੈ ਉਹਨਾਂ ਆਪਣੇ ਪਦਾਰਥਾਂ ਤੋਂ ਤੁਹਾਡਾ ਸ਼ਰੀਰ ਬਣਾਇਆ ਉਹਨੇ ਬਣਾਇਆ ਤਾਂ ਇਸ ਲਈ ਆਓ ਜਿਨੇ ਬਣਾਇਆ ਹੈ ਜੇ ਕਰ ਉਹਨਾਂ ਇਹ ਹੱਡ ਮਾਸ ਦਾ ਕਰ ਉਹਨਾਂ ਬਣਾਇਆ ਹੈ ਤਾਂ ਇਹ ਤੇ ਨਾਮ ਵੀ ਉਹਦਾ ਲਿਖੀਏ ਇਹ ਦਿਲ ਕਿਹਨੇ ਬਣਾਇਆ ਹੈ ਉਸ ਮਾਲਕ ਨੇ ਤਾਂ ਫਿਰ ਦਿਲ ਦੇ ਵਿੱਚ ਰਹਿਣਾ ਵੀ ਉਹ ਮਾਲਕ ਨੂੰ ਚਾਹੀਦਾ ਹੈ ਉਹਦਾ ਪ੍ਰੇਮ ਦਿਲ 'ਚ ਰਵੇ ਜੇ ਇੱਧਰ ਉੱਧਰ ਦੁਨੀਆਂ ਨੂੰ ਮਿਠਾਉਂਦੇ ਰਵਾਂਗੇ ਤਾਂ ਜੀਵਨ 'ਚ ਕਲੇਸ਼ ਹੀ ਰਹੇਗਾ ਜੀਵਨ 'ਚ ਚਿੰਤਾਵਾਂ ਹੀ ਰਹਿਣਗੀਆਂ ਜੀਵਨ 'ਚ ਟੈਨਸ਼ਨ ਹੀ ਰਹਿਣਗੀਆਂ ਫਿਰ ਜੀਵਨ 'ਚ ਤਕਲੀਫਾਂ ਹੀ ਰਹਿਣਗੀਆਂ ਬੋਲੋ ਸਮਝਦੇ ਹੋ ਕਿ ਨਹੀਂ ਇਸ ਲਈ ਇਹ ਪੁਆਇੰਟ ਨੂੰ ਪਕੜ ਲੈਣਾ ਬਸ ਸੋਚ ਲਿਆ ਕਰੋ ਜਦ ਵੀ ਇਨਸਾਨ ਸੰਸਾਰ ਵਾਸਤੇ ਤਰਫ ਹੁਦਾਇਆ ਤਾਂ ਭਾਈ ਬਣਾਉਣ ਵਾਲਾ ਕੋਈ ਹੋਰ ਤਾਂ ਮੈਂ ਤਰਫੀ ਕਿਸੇ ਵਾਸਤੇ ਜਾਂਦਾ ਹਾਂ ਜਿਸ ਨੇ ਜ਼ਿੰਦਗੀ ਦਿੱਤੀ ਹੈ ਉਹਨੂੰ ਦਿਲ 'ਚ ਬਿਠਾਣਾ ਹੈ ਜਿਸ ਨੇ ਜ਼ਿੰਦਗੀ ਦਿੱਤੀ ਹੈ ਜਾਨ ਉਹਦੇ ਨਾਮ ਜਦਾਂ ਇੱਕ ਸੂਫੀ ਫਕੀਰ ਸ਼ਾਇਰ ਨੇ ਬੜਾ ਪਿਆਰਾ ਲਿਖਿਆ ਹੈ ਤੇਰਾ ਇਸ਼ਕ ਰਹੇ ਦਿਲ 'ਮੇ ਤੇਰਾ ਇਸ਼ਕ ਰਹੇ ਦਿਲ 'ਮੇ ਔਰ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਹੂ ਨਾ ਮੇਰੀ ਆਰਜ਼ੂ ਰਹੇ ਉਹ ਕਹਿੰਦੇ ਤੇਰਾ ਇਸ਼ਕ ਰਹਿਣਾ ਚਾਹੀਦਾ ਹੈ ਮੇਰੇ ਦਿਲ 'ਚ ਹੈ ਮਾਲਿਕ ਹੈ ਪ੍ਰਮਾਤਮਾ ਔਰ ਮੇਰੇ ਅੰਦਰ ਇੱਕ ਤੂੰ ਹੀ ਤੂੰ ਰਹੇ ਤੇਰਾ ਇਸ਼ਕ ਰਹੇ ਦਿਲ ਮੇਂ ਔਰ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਹੂ ਨਾ ਮੇਰੀ ਆਰਜੂ ਰਹੇ ਕਿ ਨਾ ਮੇਰੇ ਅੰਦਰ ਫੇ ਮੈਂ ਰਹਿ ਜਾਵੇਂ ਤਾਂ ਨਾ ਹੀ ਮੇਰੀ ਕੋਈ ਇੱਛਾ ਰਹਿ ਜਾਵੇ ਆਰਜੂ ਰਹਿ ਜਾਵੇ ਬਸ ਅੰਦਰ ਹੋਵੇ ਤਾਂ ਤੂੰ ਹੀ ਤੂੰ ਹਰ ਹਾਲਤ ਵਿੱਚ ਤੇਰੇ ਰੰਗ ਚ ਰਹਾ ਮਾਂ ਤੇਰੇ ਰੰਗ ਚ ਰਾਜੀ ਰਹਾ ਮਾਂ ਤੇਰੇ ਇਸ਼ਕ ਚ ਰਾਜੀ ਰਹਾ ਮਾਂ ਇਸ ਲਈ ਜਿਸ ਨੇ ਜੀਵਨ ਦਿੱਤਾ ਜਿਸ ਨੇ ਜ਼ਿੰਦਗੀ ਦਿੱਤੀ ਆਓ ਦੇਲ ਦੇ ਉੱਤੇ ਨਾਮ ਉਹਦਾ ਲਿਖਾ ਦਈਏ ਇਹ ਜੁਬਾਨ ਤੇ ਨਾਮ ਉਹਦਾ ਲਿਖਾ ਦਈਏ ਜਿੱਦਾਂ ਸੰਤ ਦਾदू दयाल ਨੇ ਕਿਹਾ ਹੈ ਕਿ RAM ਨਾਮ ਮਣੀ ਦੀਪ ਧਰ ਜੀਵ ਦੇਹਰੀ ਦਵਾਰ ਦਾदू ਬਾਹਰ ਭੀਤਰੇ ਜੋ ਚਾਹੇ ਉਜਿਆਰ ਸੰਤ ਦਾदू दयाल ਕਹਿੰਦੇ ਅਗਰ ਤੂੰ ਚਾਹਦਾ ਅੰਦਰ ਵੀ ਪ੍ਰਕਾਸ਼ ਹੋ ਜਾਵੇ ਬਾਹਰ ਵੀ ਪ੍ਰਕਾਸ਼ ਹੋ ਜਾਵੇ ਤਾਂ ਫੇ ਉਹ ਮਾਲਿਕ ਦੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਜੀਵ ਰੂਪੀ ਦਵਾਰ ਤੇ ਟਿਕਾ ਦੇ RAM ਨਾਮ ਮਣੀ ਦੀਪ ਧਰ ਜੀਵ ਜੀਵ ਯਾਨੀ ਇਹ ਜੁਬਾਨ ਦੇਹਰੀ ਦਵਾਰ ਕਹਿੰਦੇ ਇਹ ਤੇਰੀ ਸਰੀਰ ਦਾ ਦਰਵਾਜਾ ਹੈ ਤੇਰੀ ਜੁਮਾਨ ਬੋਲੋ ਸਮਝਦੇ ਹੋ ਕਿ ਨਹੀਂ ਕਿ ਇਹ ਤੋਂ ਜਿੱਦਾਂ ਦਾ ਬਾਹਰ ਜਾਏਗਾ ਜਾਂ ਜਿੱਦਾਂ ਦਾ ਇਹ ਤੋਂ ਅੰਦਰ ਜਾਏਗਾ ਉਦਾਂ ਦਾ ਅਸਰ ਤੇਰੇ ਜੀਵਨ ਤੇ ਹੋਣਾ ਹੈ ਯਾਨੀ ਜਿੱਦਾਂ ਦਾ ਭੋਜਨ ਅੰਦਰ ਜਾਏਗਾ ਉਹ ਉਹਦਾ ਵੀ ਤੇਰੇ ਸਰੀਰ ਤੇ ਅਸਰ ਹੋਣਾ ਤਾਂ ਜਿੱਦਾਂ ਦੇ ਬੋਲ ਅੰਦਰੋਂ ਬਾਹਰ ਆਣੇ ਆ ਉਹਦਾ ਅਸਰ ਵੀ ਤੇਰੇ ਜੀਵਨ ਤੇ ਹੋਣਾ ਹੈ ਅਗਰ ਮਿੱਠਾ ਬੋਲ ਬਾਹਰ ਆਏਗਾ ਤਾਂ ਅਗਿਓ ਮਿਠਾਸ ਮਿਲੇਗੀ ਪਿਆਰ ਮਿਲੇਗਾ ਕੋੜਾ ਬੋਲ ਬਾਹਰ ਆਏਗਾ ਅਗਿਓ ਨਫਰਤ ਮਿਲੇਗੀ ਕਰੋਧ ਮਿਲੇਗਾ ਯਾਨੀ ਉਹ ਕਹਿੰਦੇ ਇਹ ਜ਼ੁਬਾਨ ਉਹ ਦਰਵਾਜਾ ਹੈ ਕਿ ਇਹਦੇ ਅੰਦਰ ਜੈਸਾ ਆਏਗਾ ਜਾਏਗਾ ਉਹਦਾ ਪ੍ਰਭਾਵ ਤੇਰੇ ਜੀਵਨ ਤੇ ਹੋ ਕੇ ਰਹਿਣਾ ਹੈ ਤਾਂ ਜੇ ਅਸੀਂ ਇਸ ਦਰਵਾਜੇ ਤੇ ਆਪਣੇ ਮਾਲਕ ਦਾ ਨਾਮ ਵਸਾ ਲਈਏ ਕਿ ਉੱਠਦੇ ਬੈਠਦੇ ਤੁਰਦੇ ਫਿਰਦੇ ਆਪਣੇ ਮਾਲਕ ਦਾ ਨਾਮ ਲਈ ਜਾਈਏ ਤਾਂ ਸਾਡੇ ਅੰਦਰ ਵੀ ਔਰ ਸਾਡੇ ਬਾਹਰ ਵੀ ਐਸਾ ਪ੍ਰਕਾਸ਼ ਹੋ ਜਾਏਗਾ ਉਹ ਉਜਾਲਾ ਹੋ ਜਾਏਗਾ ਕਿ ਜੀਵਨ 'ਚ ਕੋਈ ਕਮੀ ਕਦੀ ਆਏਗੀ ਨਹੀਂ ਜੀਵਨ 'ਚ ਕੋਈ ਕਾੜ ਕਦੀ ਆਏਗੀ ਨਹੀਂ ਇਸ ਲਈ ਜੇ ਚਾਹਦੇ ਅੰਦਰ ਪ੍ਰਕਾਸ਼ ਹੋਵੇ ਅੰਦਰ ਉਹ ਗਿਆਨ ਦਾ ਪ੍ਰਕਾਸ਼ ਔਰ ਬਾਹਰ ਖੁਸ਼ੀਆਂ ਦਾ ਪ੍ਰਕਾਸ਼ ਹੋਵੇ ਸੁੱਖਾਂ ਦਾ ਪ੍ਰਕਾਸ਼ ਹੋਵੇ ਪ੍ਰੇਮ ਦਾ ਪ੍ਰਕਾਸ਼ ਹੋਵੇ ਤਾਂ ਫਿਰ ਜ਼ੁਬਾਨ ਤੇ ਆਪਣੇ ਮਾਲਕ ਦੇ ਨਾਮ ਦੇ ਦੀਵੇ ਨੂੰ ਸਜਾ ਲਓ ਤਾਂ ਕਿ ਉਹ ਨਾਮ ਦਾ ਦੀਵਾ ਸਦਾ ਤੁਹਾਡੀ ਜ਼ੁਬਾਨ ਤੇ ਜਗਦਾ ਰਹੇ ਤਾਂ ਤੁਹਾਡੇ ਅੰਦਰ ਬਾਹਰ ਸਦਾ ਪ੍ਰਕਾਸ਼ ਖੁਸ਼ੀਆਂ ਦਾ ਆਨੰਦ ਦਾ ਗਿਆਨ ਦਾ ਬਣਿਆ ਰਹੇਗਾ ਕੋਈ ਕਮੀ ਨਹੀਂ ਆਏਗੀ ਇਸ ਲਈ ਸਮਝਣਾ ਜ਼ਰਾ ਸਾਰੇ ਜੀ ਗੱਲ ਸਮਝੇਗਾ ਨਹੀਂ ਫਕੀਰ ਨੇ ਨਵਾਬ ਨੂੰ ਜੋ ਕਿਹਾ ਉਹ ਅਸੀਂ ਤੁਹਾਨੂੰ ਵੀ ਕਹਿ ਰਹੇ ਹਾਂ ਕਿ ਜੇ ਜਿਸ ਨੇ ਬਣਾਈ ਹੈ ਨਾ ਐ ਨਵਾਬ ਫਿਰ ਉਹਦਾ ਨਾਮ ਹੈ ਸ਼ਰੀਰ ਜੇ ਤੂੰ ਮਸਜਿਦ ਬਣਾ ਕੇ ਉੱਥੇ ਆਪਣਾ ਨਾਮ ਲਿਖਾ ਸਕਦਾ ਹੈ ਤਾਂ ਆ ਜਾ ਇਹ ਸੂਈ ਕੱਢੀਏ ਤਾਂ ਕਿ ਤੇਰੇ ਮੱਥੇ ਤੇ ਤੇਰੇ ਦਿਲ ਤੇ ਇਹਨੂੰ ਬਣਾਉਣ ਵਾਲੇ ਦਾ ਨਾਮ ਲਿਖ ਦਈਏ ਕਿਉਂਕਿ ਤੂੰ ਫਿਰ ਹੀ ਹੱਕਦਾਰ ਹੈ ਉਸ ਮਸਜਿਦ ਤੇ ਆਪਣਾ ਨਾਮ ਲਖਾਣ ਦਾ ਕਿ ਮੈਂ ਬਣਾਈ ਹੈ ਜਦੋਂ ਤੂੰ ਇਸ ਬਣਾਈ ਹੋਈ ਰੱਬ ਦੀ ਚੀਜ਼ ਤੇ ਆਪਣੇ ਰੱਬ ਦਾ ਨਾਮ ਲਿਖੇਗਾ ਇਸ ਲਈ ਆਪਣੇ ਘਰਾਂ ਦੇ ਬਾਹਰ ਵੀ ਫੇਰ ਹੀ ਅਸੀਂ ਆਪਣੇ ਨਾਮ ਦੀ ਪਲੇਟ ਲਾਉਣ ਦੇ ਹੱਕਦਾਰ ਬਣਦੇ ਆ ਜਦੋਂ ਅਸੀਂ ਪਹਿਲਾਂ ਉਹਦਾ ਹੱਕ ਦਈਏ ਕਿ ਉਹਨਾ ਇਹ ਮੇਰੇ ਸਰੀਰ ਰੂਪੀ ਘਰ ਨੂੰ ਤਿਆਰ ਕੀਤਾ ਪਹਿਲਾਂ ਇੱਥੇ ਇਹ ਦਿਲ ਦੇ ਉੱਪਰ ਉਹਦਾ ਨਾਮ ਲਿਖ ਦੇਵਾਂ ਯਾਨੀ ਬਾਹਰ ਨਹੀਂ ਅੰਦਰ ਹੁਣ ਬਾਹਰੋਂ ਲਿਖਣ ਨੂੰ ਕੀ ਕਰਨਾ ਪੈਨ ਲੈ ਕੇ ਲਿਖ ਦੋਂਗੇ ਨਾ ਤੇ ਫੇਰ ਮਿਟ ਗਿਆ ਲੈ ਇਹ ਤਾਂ ਲਿਖ ਲਿਆ ਨਾਮ ਜ਼ਰਾ ਗੌਰ ਕਰਨਾ ਆਪਣੇ ਘਰ ਦੇ ਬਾਹਰ ਤੁਸੀਂ ਪਤਾ ਕਿਦਾਂ ਲਿਖਾਉਂਦੇ ਹੋ ਜਿਹੜੇ ਕਾਰੀ ਕੋ ਇਦਾਂ ਦਾ ਲਿਖੀ ਮਿਟੇ ਨਾ ਇਹਦੀ ਸ਼ਾਈਨਿੰਗ ਨਹੀਂ ਘਟਣੀ ਚਾਹੀਦੀ ਇਦਾਂ ਦੇ ਪੱਥਰ ਤੇ ਲਿਖੀ ਇਦਾਂ ਦੀ ਪਲੇਟ ਬਣਾ ਲੈ ਲਾਈਟਾਂ ਵਾਲੀ ਦੂਰੋਂ ਚਮਕੇ ਤਾਂ ਕਿ ਘਰ ਦਾ ਪਤਾ ਲੱਗੇ ਕਿ ਇਦਾਂ ਦੀ ਕੋਠੀ ਕਿਹੜੇ ਬੰਦੇ ਦੀ ਏ ਬੋਲੋ ਸਮਝਦੇ ਹੋ ਕਿ ਨਹੀਂ ਔਰ ਜਦੋਂ ਕੋਈ ਨਾਲ ਹੋਵੇ ਡਾਕਟਰ ਜਾਂ ਕੋਈ ਰਤਬਾ ਜੁੜ ਜਾਵੇ ਵਕੀਲ ਐਡਵੋਕੇਟ ਕੋਈ ਹੋਰ ਅਫੀਸਰ ਦਾ ਫੇਤਾ ਬੰਦਾ ਹੋਰ ਵੀ ਸ਼ਾਨਨਾ ਬਣਾਉਂਦਾ ਹੈ ਪਤਾ ਲੱਗੇ ਫਲਾਣੇ ਅਫਸਰ ਦੀ ਕੋਠੀ ਹੈ ਜ਼ਰਾ ਗੌਰ ਕਰਨਾ ਤੁਸੀਂ ਕੋਠੀਆਂ ਕੀ ਤੁਸੀਂ ਆਲੀ ਸ਼ਾਨ ਤੋਂ ਆਲੀ ਸ਼ਾਨ ਤਾਲ ਮਹਿਲ ਵੀ ਬਣਾ ਲਵੋ ਔਰ ਜਿਹੜੀ ਚੀਜ਼ ਉਸ ਮਾਲਕ ਨੇ ਬਣਾਈ ਹੈ ਤੁਹਾਡਾ ਸ਼ਰੀਰ ਇਹਦਾ ਮੁਕਾਬਲਾ ਕੋਈ ਦੁਨੀਆ ਦੀ ਹੋਰ ਚੀਜ਼ ਕਰ ਸਕਦੀ ਨਹੀਂ ਇਸ ਲਈ ਸਾਨੂੰ ਧੰਨਵਾਦ ਕਰਨਾ ਚਾਹੀਦਾ ਮਾਲਕ ਦਾ ਕਿ ਆ ਮਾਲਕ ਤੂੰ ਐਸਾ ਸ਼ਰੀਰ ਦਿੱਤਾ ਤਾਂ ਜੇ ਤੂੰ ਇੰਨੀ ਅਨੋਖੀ ਚੀਜ਼ ਇੰਨਾ ਸੁੰਦਰ ਸ਼ਰੀਰ ਮੈਨੂੰ ਦਿੱਤਾ ਹੈ ਤਾਂ ਫਿਰ ਇਹਦਾ ਹੱਕਦਾਰ ਵੀ ਤੂੰ ਹੈ ਕਿ ਤੇ ਨਾਮ ਵੀ ਤੇਰਾ ਹੀ ਹੋਵੇ ਇਹ ਦਿਲ ਚ ਮੁਹੱਬਤ ਵੀ ਤੇਰੀ ਹੋਵੇ ਇਸ ਲਈ ਤੇਰਾ ਇਸ਼ਕ ਰਹੇ ਦਿਲ ਮੇਂ ਔਰ ਤੂੰ ਹੀ ਤੂੰ ਰਹੇ ਬਾਕੀ ਨਾ ਮੈਂ ਰਹੂੰ ਨਾ ਮੇਰੀ ਅਰਜੂ ਰਹੇ ਮੇਰੇ ਅੰਦਰੋਂ ਸਾਰੀਆਂ ਅਰਜੂਆਂ ਖਤਮ ਕਰ ਦੇ ਇਛਾਵਾਂ ਖਤਮ ਕਰ ਦੇ ਮੇਰੇ ਅੰਦਰ ਵਸ ਤੂੰ ਹੀ ਤੂੰ ਰਵੇਂ ਤੇਰਾ ਇਸ਼ਕ ਰਵੇ ਤੇਰਾ ਪ੍ਰੇਮ ਰਵੇ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਤੂੰ ਬਸ ਤੂੰ ਹੀ ਰਹਿਣਾ ਚਾਹੀਦਾ ਹੈ ਐਦਾਂ ਦੀ ਰਹਿਮਤ ਕਰ ਦੇ ਐਦਾਂ ਦੀ ਕਿਰਪਾ ਕਰ ਦੇ ਸੋ ਅੱਜ ਐਸੀ ਵੀ ਆਪਣਾ ਆਪਣੇ ਹਿਰਦੇ ਤੇ ਆਪਣੇ ਜੀਵਨ ਤੇ ਆਪਣੀ ਜ਼ੁਬਾਨ ਤੇ ਆਪਣੇ ਮਾਲਕ ਦਾ ਨਾਮ ਵਸਾ ਕੇ ਜਾਣਾ ਹੈ ਇਥੋਂ ਆਪਣੇ ਮਾਲਕ ਨੂੰ ਯਾਦ ਕਰਦਿਆਂ ਜਾਣਾ ਹੈ ਆਪਣੇ ਮਾਲਕ ਦੀ ਤਸਵੀਰ ਦਿਲ ਚ ਵਸਾ ਕੇ ਜਾਣੀ ਹੈ ਕਿਉਂਕਿ ਜਿਹਦਾ ਘਰ ਹੋਵੇ ਫੋਟੋ ਵੀ ਉਹਦੀ ਲੱਗਦੀ ਹੈ ਉਹਦੀ ਲੱਗਦੀ ਹੈ ਕਿ ਨਹੀਂ ਜਿਹਦਾ ਘਰ ਹੋਵੇ ਬੰਦਾ ਕਹਿੰਦਾ ਫੋਟੋ ਲਾ ਦਿਓ ਇਹ ਮੇਰਾ ਘਰ ਹੈ ਸੋਹਣੀ ਤਸਵੀਰ ਹੁਣੀ ਚਾਹੀਦੀ ਤੇ ਇਹ ਜੀਵਨ ਉਸ ਮਾਲਕ ਦਾ ਹੈ ਤਾਂ ਆਓ ਇਹਦੇ ਅੰਦਰ ਤਸਵੀਰ ਵੀ ਆਪਣੇ ਉਸ ਮਾਲਕ ਦੀ ਪਰਮਾਤਮਾ ਪ੍ਰਭੂ ਦੀ ਫਿੱਟ ਕਰ ਲਈਏ ਉਹਦੀ ਮੁਹੱਬਤ ਨੂੰ ਆਪਣੇ ਅੰਦਰ ਫਿੱਟ ਕਰ ਲਈਏ ਉਹਦੇ ਵਿਸ਼ਵਾਸ ਨੂੰ ਆਪਣੇ ਅੰਦਰ ਫਿੱਟ ਕਰ ਲਈਏ ਔਰ ਯਾਦ ਰੱਖੋ ਜਿੱਥੇ ਉਹਦਾ ਪ੍ਰੇਮ ਉਹਦਾ ਵਿਸ਼ਵਾਸ ਫਿੱਟ ਹੋ ਗਿਆ ਉੱਥੇ ਵੀ ਜੀਵਨ 'ਚ ਕਮੀ ਕੋਈ ਨਹੀਂ ਰਹਿੰਦੀ